ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਨੇ ਜਿਹੜੇ ਐਸਐਸਟੀ ਔਰ ਪੰਜਾਬੀ ਦੋਨੋਂ ਦੀ ਆਪਾਂ ਤਿਆਰੀ ਕਰਵਾ ਰਹੇ ਹਾਂ ਆਪਣੇ ਚੈਨਲ ਤੇ ਔਰ ਕਿਸੇ ਵੀ ਪੇਪਰ ਦੀ ਤਿਆਰੀ ਕਰਨ ਤੋਂ ਪਹਿਲਾਂ ਉਹਦਾ ਜਿਹੜਾ ਪ੍ਰੀਵियस ਇਅਰ ਦਾ ਪੇਪਰ ਉਹਨੂੰ ਪੜ੍ਹਨਾ ਲਾਜ਼ਮੀ ਹੁੰਦਾ ਹੈ। ਤੋਂ ਕਨਪਵ ਹੋ ਜਾਂਦਾ ਵੀ ਕਿਸ ਤਰ੍ਹਾਂ ਦੇ ਸਵਾਲ ਆਉਂਦੇ ਨੇ। ਅਨੰਕ ਕਿ ਤੇ ਮਤਲਬ ਅਸੀਂ ਕਿੰਨੇ ਕ ਪਾਣੀ ਚ ਨਾਲ ਨਾਲ ਇਹ ਵੀ ਨਰੀਖਣ ਹੋ ਜਾਂਦਾ ਸੋ ਆਪਾਂ ਚੱਲਦੇ ਹਾਂ ਮਾਸਟਰ ਕੈਡਰ 60 60 ਪੋਸਟਾਂ ਜਿਹੜੀਆਂ ਸੀ ਮਤਲਬ 6060 ਪੋਸਟ ਉਹਦੇ ਲਈ ਜਿਹੜਾ ਐਸਐਸਟੀ ਦਾ ਪੇਪਰ ਹੋਇਆ ਸੀ ਉਹਨੂੰ ਆਪਾਂ ਸੋਲਵ ਕਰਦੇ ਹਾਂ ਤੇ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਦੇ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਟੈਲੀਗ੍ਰਾਮ ਦਾ ਲਿੰਕ ਦਿੱਤਾ ਹੋਇਆ ਉਹਨੂੰ ਜੁਆਇਨ ਕਰ ਲਓ ਉੱਥੇ ਤੁਹਾਨੂੰ ਜਿਹੜਾ ਪੜ੍ਹਨ ਦੇ ਲਈ ਵਧੀਆ ਤੋਂ ਵਧੀਆ ਮਟੀਰੀਅਲ ਪ੍ਰੋਵਾਈਡ ਕਰਵਾਇਆ ਜਾਊਗਾ ਠੀਕ ਹੈ ਜੀ ਸੋ ਚੱਲਦੇ ਆਂ ਆਪਾਂ ਪਹਿਲਾ ਸਵਾਲ ਹੈ ਅਬੂਲ ਫਜ਼ਲ ਕਿਸ ਦੇ ਦਰਬਾਰ 'ਚ ਸੀ ਅਬੂਲ ਫਜ਼ਲ ਅਕਬਰ ਦੇ ਦਰਬਾਰ 'ਚ ਸੀ ਠੀਕ ਹੈ ਔਰ ਅਰੰਗਜੀਬ ਇਹ ਮਰਿਆ ਸੀ 1707 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ 1708 ਦੇ ਵਿੱਚ ਜੋਤੀ ਜੋਤ ਸਮਾਉਂਦੇ ਨੇ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਸਾਲ ਪਹਿਲਾਂ ਮਰ ਜਾਂਦਾ ਰੰਗ ਜੀ ਹైਦਰ ਅਲੀ ਨੇ ਇਸ ਖੇਤਰ ਵਿੱਚ ਪ੍ਰਭੂ ਸੱਤਾ ਕਾਇਮ ਕੀਤੀ ਮੈਸੂਰ ਦੇ ਵਿੱਚ ਕੀ ਕੀਤੀ ਜੀ ਕਿਤੇ ਹైਦਰ ਤੋਂ ਆ ਦੇਖੋ ਹైదరాబాద్ ਉਹਨਾਂ ਨੇ ਪ੍ਰੀਖਿਆ ਪਾਉਣ ਵਾਸਤੇ ਦਿੱਤਾ ਠੀਕ ਹਨ ਜਿਨੇ ਨਹੀਂ ਪੜਿਆ ਹੋਗਾ ਉਹ ਹైదరాబాద్ ਹੀ ਟਿਕ ਲਊਗਾ ਪਰ ਇਹਦਾ ਰਾਈਟ ਆਨਸਰ ਹੈ ਜਿਹੜਾ ਉਹ ਮੈਸੂਰ ਆ ਵਾਸਕੋਡੀ ਗਾਮਾ ਕਾਲੀਕਟ ਕਦੋਂ ਪਹੁੰਚਿਆ ਇਹ ਪਹੁੰਚਿਆ ਸੀ 1498 ਦੇ ਵਿੱਚ ਤੇ ਇਹਦਾ ਵੈਲਕਮ ਕੀਤਾ ਸੀ ਜਮੋਰੀਨ ਦੇ ਜਮੋਰੀਨ ਠੀਕ ਹੈ ਪਲਾਸੀ ਦੇ ਯੁੱਧ ਨਾਲ ਕਿਹੜਾ ਸਬੰਧਤ ਨਹੀਂ ਹੈ ਦੋਖੋ ਮੀਰ ਜਾਫਰ ਵੀ ਸਬੰਧਤ ਹੈ ਮੀਰ ਮਦਨ ਵੀ ਸਬੰਧਤ ਹੈ ਮੋਹਨ ਲਾਲ ਵੀ ਸਬੰਧਤ ਹੈ ਹੈਦਰ ਅਲੀ ਜਿਹੜਾ ਇਹ ਸਬੰਧਤ ਨਹੀਂ ਹੈਗਾ ਇਸ ਕਰਕੇ ਇੱਥੇ ਸਾਡਾ ਰਾਈਟ ਆਨਸਰ ਕੀ ਬਣ ਜਾਏਗਾ ਹੈਦਰ ਅਲੀ ਕਿਉਂਕਿ ਉਹਨਾਂ ਨੇ ਪੁੱਛਿਆ ਨਾ ਵੀ ਕੌਣ ਸਬੰਧਤ ਨਹੀਂ ਹੈ ਸਵਾਲ ਨੂੰ ਧਿਆਨ ਨਾਲ ਪੜ੍ਹਨਾ ਇਸ ਵਾਰ ਵੀ ਪੀਟੈਡ ਦੇ ਵਿੱਚ ਜਿਹੜੇ ਸਵਾਲ ਆਏ ਸੀ ਉਹਨਾਂ ਦੇ ਵਿੱਚ ਜ਼ਿਆਦਾਤਰ ਸਵਾਲਾਂ ਦੇ ਵਿੱਚ ਨਹੀਂ ਹੈ ਨਹੀਂ ਹੈ ਪੁੱਛਿਆ ਸੀ ਵੀ ਕਿਹੜੀ ਇਹਨਾਂ ਦੇ ਵਿੱਚੋਂ ਚੀਜ਼ ਨਹੀਂ ਹੈ ਠੀਕ ਹੈ ਨਾ ਕਈ ਵਾਰੀ ਨਹੀਂ ਹੈ ਸਾਡੇ ਧਿਆਨ 'ਚ ਹੀ ਨਹੀਂ ਰਹਿੰਦਾ ਇਸੇ ਕਰਕੇ ਪਲੇਖਾ ਪਾਉਣ ਦੇ ਲਈ ਨਹੀਂ ਹੈ ਜਿਹੜਾ ਉਹ ਦਿੱਤਾ ਜਾਂਦਾ ਹੈ ਹਾਂਜੀ ਕਿਸ ਖੇਤਰ ਨੇ ਕਹਿੰਦੇ ਪ੍ਰਸ਼ਾਸਨ ਦੀ ਦੋਹਰੀ ਪ੍ਰਣਾਲੀ ਅਨੁਭਵ ਕੀਤੀ ਹੈ ਇੱਕ ਦੋਰਾ ਸ਼ਾਸਨ ਦੋਰਾ ਸ਼ਾਸਨ ਪ੍ਰਣਾਲੀ ਚਲਾਈ ਸੀ ਨਾ ਬੰਗਾਲ ਦੇ ਵਿੱਚ ਚਲਾਈ ਸੀ ਠੀਕ ਹੈ ਜੀ ਲਾਰਡ ਕਲਾਈਵ ਨੇ ਤੇ ਉਸ ਤੋਂ ਬਾਅਦ ਇਹਨੂੰ ਰੱਦ ਕਰ ਦਿੱਤਾ ਗਿਆ ਸੀ ਤੇ ਭਾਰਤ ਵਿੱਚ ਸਥਾਈ ਬੰਦੋਬਸਤ ਕਦੋਂ ਸ਼ੁਰੂ ਹੋਇਆ ਇਹ ਸ਼ੁਰੂ ਹੋਇਆ ਜੀ 1793 ਦੇ ਵਿੱਚ ਮੰਗਲ ਪਾਂਡੇ ਨੇ ਬਗਾਵਤ ਕੀਤੀ ਕਿਤੋਂ ਬੈਰਕਪੁਰਸ਼ੌਣੀ ਤੋਂ ਠੀਕ ਹੈ ਮੇਰਠ ਦੀ ਬਗਾਵਤ ਆਰੰਭ ਹੋਈ ਕਦੋਂ ਹੋਈ 10 ਮਈ 1857 ਨੂੰ ਦੇਖੋ ਦਿਨ ਇੱਕ ਨਿਸ਼ਚਿਤ ਕੀਤਾ ਗਿਆ ਸੀ ਪਰ ਅਲੱਗ-ਅਲੱਗ ਥਾਵਾਂ ਤੋਂ ਅਲੱਗ-ਅਲੱਗ ਤਰੀਕਿਆਂ ਤੋਂ ਜਦੋਂ ਠੀਕ ਲੱਗਿਆ ਕਿ ਜਿਹਨੇ 10 ਮਈ ਨੂੰ ਸ਼ੁਰੂ ਕਰ ਤੱਕ ਦੇ 13 ਮਈ ਨੂੰ ਸ਼ੁਰੂ ਹੋ ਗਿਆ ਇਸੇ ਕਰਕੇ ਜਿਹੜਾ 1857 ਦਾ ਵਿਦਰੋਹ ਆ ਜਿਹੜਾ ਉਹ ਸਫਲ ਨਹੀਂ ਹੋ ਸਕਿਆ ਕਿਉਂਕਿ ਇਹ ਨਿਯਮਤ ਮਿਤੀ ਦੇ ਅਨੁਸਾਰ ਨਹੀਂ ਚੱਲੇ ਜਿਹੜੀ ਤੈਹ ਕੀਤੀ ਸੀ ਨਾ ਮਿਤੀ ਉਹਦੇ ਮੁਤਾਬਕ ਨਹੀਂ ਚੱਲੇ ਜਿਹਨੂੰ ਜਦੋਂ ਠੀਕ ਲੱਗਿਆ ਉਹਦੇ ਉਹਨਾਂ ਨੇ ਫੱਟੇ ਚੱਕਤੇ ਸੋ ਇਹ ਵੱਡੀ ਸਫਲਤਾ ਦਾ ਕਾਰਨ ਹੈ ਵੱਡਾ ਕਾਰਨ ਹੈ 1857 ਦੇ ਵਿਦਰੋਹ ਦੀ ਅਸਫਲਤਾ ਦਾ ਲਾਰਡ ਹੈਨਰੀ ਲਾਰੈਂਸ ਸਰਕਾਰੀ ਰਹੱਸ ਵਿੱਚ ਮਰਿਆ ਸੀ ਕਿੱਥੇ ਲਖਨਊ ਦੇ ਵਿੱਚ ਲਾਰਡ ਹੈਨਰੀ ਲਾਰੈਂਸ ਯਾਦ ਰੱਖਣਾ ਠੀਕ ਹੈ ਲਖਨਊ ਦੇ ਵਿੱਚ ਮਰਿਆ ਸੀ 11ਵਾਂ ਸਵਾਲ ਆ ਗਿਆ ਕਲਕੱਤਾ ਬੰਬਈ ਮਦਰਾਸ ਯੂਨੀਵਰਸਟੀਆਂ ਇਸ ਸਾਲ ਸਥਾਪਿਤ ਹੋਈਆਂ ਕਿਹੜੇ ਸਾਲ 1857 ਦੇ ਵਿੱਚ ਇੱਕ ਪਾਸੇ ਵਿਦਰੋਹ ਹੋ ਰਿਹਾ ਦੂਜੇ ਪਾਸੇ ਯੂਨੀਵਰਸਟੀਆਂ ਦੀ ਸਥਾਪਨਾ ਹੋ ਰਹੀ ਹੈ ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਸੈਸ਼ਨ ਕਦੋਂ ਹੋਇਆ ਜੀ ਕਿੱਥੇ ਹੋਇਆ ਬੰਬਈ ਦੇ ਵਿੱਚ ਲਗੋਂ 1885 ਦੇ ਵਿੱਚ ਦੇ ਇਹ ਹਿਊਮ ਸੀਗੇ ਜਿਹੜੇ ਇਹਦੇ ਮੁਖੀ ਹਨਾ ਇਹਨਾਂ ਨੇ ਮਤਲਬ ਇਹਨਾਂ ਨੇ ਨਿਰਮਾਣ ਕੀਤਾ ਭਾਰਤੀ ਰਾਸ਼ਟਰੀ ਕਾਂਗਰਸ ਦਾ ਤੇ ਇਹਦਾ ਤੀਸਰਾ ਸੈਸ਼ਨ ਕਿੱਥੇ ਹੋਇਆ ਜੀ ਕਹਿੰਦੇ ਇਹ ਹੋਇਆ ਜੀ ਮਦਰਾਸ ਦੇ ਵਿੱਚ 14ਵਾਂ ਕੁਐਸਚਨ ਹੈ ਭਾਰਤੀ ਰਾਸ਼ਟਰੀ ਕਾਂਗਰਸ ਦੇ ਨਰਮਖਿਆਲੀਆਂ ਲੀਡਰਾਂ ਦੀ ਪਛਾਣ ਕਰੋ ਦਾਦਾ ਭਾਈ ਨਰੋਜੀ ਇਹ ਹੈਗਾ ਜੀ ਬਾਲ ਗੰਗਾਧਰ ਤਿਲਕ ਵਿਪਨ ਚੰਦਰ ਪਾਲ ਅਰਬਿੰਦੋ ਘੋਸ਼ ਇਹ ਗਰਮ ਦਲ ਦੇ ਨੇ ਜਿਹੜੇ ਦਾਦਾ ਭਾਈ ਨਰੋਜੀ ਨੇ ਇਹ ਨਰਮ ਦਲ ਦੇ ਨੇ ਠੀਕ ਹੈ ਜੀ ਔਰ ਜਿਨ੍ਹਾਂ ਨੇ ਹਲੇ ਤੱਕ ਆਪਣੀ ਪਲੇਲਿਸਟ ਦੇ ਵਿੱਚ 6ਵੀਂ ਤੋਂ 8ਵੀਂ ਕਲਾਸ ਤੱਕ ਦੇ ਜਿਓਗ੍ਰਾਫੀ ਦੇ ਹਿਸਟਰੀ ਦੇ ਪੋਲੀਟੀਕਲ ਦੇ ਕੁਐਸਚਨ ਨੇ ਜਿਹੜੇ ਨਹੀਂ ਪੜੇ ਉਹ ਪਲੇਲਿਸਟ ਦੇ ਵਿੱਚ ਜਾ ਕੇ ਚੈੱਕ ਕਰੋ 16 ਵੀਡੀਓ ਅਪਲੋਡ ਹੋ ਚੁੱਕੀਆਂ ਨੇ ਉਸ ਤੋਂ ਬਾਅਦ ਜਿਹੜਾ ਅਗਲਾ 파ਰਟ ਹੈ ਉਹ ਵੀ ਅਪਲੋਡ ਸ਼ੁਰੂ ਹੋ ਜਾਣਗੇ ਹੁਣ ਹੁਣ ਉਸ ਤੋਂ ਪਹਿਲਾਂ ਆਪਾਂ ਪ੍ਰੀਵੀਅਸ ਈਅਰ ਦੇ ਪੰਜਾਬੀ ਦੇ ਮਾਸਟਰ ਕੈਡਰ ਦੇ ਜਿਹੜੇ ਪੇਪਰ ਨੇ ਉਹ ਸੋਲਵ ਕਰਾਂਗੇ ਔਰ ਐਸਐਸਟੀ ਦੇ ਮਾਸਟਰ ਕੈਡਰ ਦੇ ਪੇਪਰ ਸੋਲਵ ਕਰਾਂਗੇ ਔਰ ਸਾਰੇ ਪੇਪਰ ਪੀ ਸਟੈਟ ਦੇ ਕਿਉਂਕਿ ਪੋਲੀਟੀਕਲ ਤੇ ਹਿਸਟਰੀ ਤਾਂ ਉਹਨਾਂ ਦੇ ਵਿੱਚ ਵੀ ਆਈ ਹੈ ਨਾ ਜੀਓਗ੍ਰਾਫੀ ਵੀ ਆਈ ਹੈ ਬੜੇ ਸਵਾਲ ਤਾਂ ਹੋ ਰਿਪੀਟ ਹੋਣਗੇ ਲਾਜ਼ਮੀ ਹੋਣਗੇ ਤੇ ਉਹ ਸਾਰੇ ਦੇ ਸਾਰੇ ਪੇਪਰ ਆਪਣੇ ਚੈਨਲ ਤੇ ਤੁਹਾਨੂੰ ਸੋਲਵ ਮਿਲਣਗੇ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਚੈੱਕ ਕਰਨਾ ਪਲੇਲਿਸਟਾਂ ਬਣੀਆਂ ਹੋਈਆਂ ਨੇ ਠੀਕ ਹੈ ਜੀ ਤੇ ਉਸ ਤੋਂ ਬਿਨਾ ਵੀਡੀਓ ਆਲਰੇਡੀ ਚੈਨਲ ਤੇ 1 ਬਾਈ 1 ਕਰਕੇ ਅਪਡੇਟ ਹੋ ਰਹੀਆਂ ਨੇ ਅਪਲੋਡ ਹੋ ਰਹੀਆਂ ਨੇ ਉਹ ਤੁਸੀਂ ਜਾ ਕੇ ਚੈੱਕ ਕਰਨੀਆਂ ਨੇ ਉਹ ਵੀਡੀਓ ਲਾਜ਼ਮੀ ਦੇਖਣੀਆਂ ਨੇ ਸਾਰਿਆਂ ਲਈ ਜ਼ਰੂਰੀ ਨੇ ਹਰ ਇੱਕ ਜ਼ਰੂਰੀ ਵੀਡੀਓ ਹੀ ਆਪਣੇ ਚੈਨਲ ਤੇ ਤੁਹਾਨੂੰ ਮਿਲੇਗੀ ਜਿਹੜੇ ਕਿ ਪੀਐਸਟੈਟ ਦੇ ਨਾਲ ਸੰਬੰਧਿਤ ਹੈ ਔਰ ਮਾਸਟਰ ਕੀਡਰ ਦੇ ਨਾਲ ਸੰਬੰਧਿਤ ਹੈ ਵੇਸ਼ਕ ਉਹ ਪੰਜਾਬੀ ਦਾ ਹੋਵੇ ਵੇਸ਼ਕ ਉਹ ਐਸਐਸਟੀ ਦਾ ਹੋਵੇ 15ਵਾਂ ਕੁਐਸਚਨ ਹੈ ਜੀ ਗਦਰ ਪਾਰਟੀ ਦੇ ਲੀਡਰਾਂ ਦੀ ਪਛਾਣ ਕਰੋ ਇਹ ਜੀ ਕਰਤਾਰ ਸਿੰਘ ਸਰਾਭਾ ਕਮਾਂਗਾਟਾ ਮਾਰੂ ਕੀ ਸੀਗਾ ਜੀ ਇੱਕ ਜਾਪਾਨੀ ਸਮੁੰਦਰੀ ਜਹਾਜ਼ ਸੀ ਠੀਕ ਹੈ ਜਾਪਾਨੀ ਸਮੁੰਦਰੀ ਜਹਾਜ਼ ਜ਼ਿਲ੍ਹਾ ਵਾਲੇ ਬਾਗ ਕਤਲੇਆਮ ਨਾਲ ਕਿਹੜਾ ਨਹੀਂ ਸੀ ਜੁੜਿਆ ਜਰਨਲ ਡਾਇਰ ਤਾਂ ਸਿੱਧੇ ਤੌਰ ਤੇ ਜੁੜਿਆ ਹੈ ਡਾਕਟਰ ਸਤਪਾਲ ਵੀ ਜੁੜਿਆ ਹੈ ਸੈਫੁਦੀਨ ਕਿਚਲੂ ਵੀ ਜੁੜਿਆ ਹੈ ਇਹਨਾਂ ਦੀ ਗ੍ਰਿਫਤਾਰੀ ਕਰ ਲਈ ਸੀ ਨਾ ਗ੍ਰਿਫਤਾਰੀ ਇਹ ਇਹਨੂੰ ਮਤਲਬ ਇਹਨਾਂ ਨੂੰ ਰਿਹਾ ਕਰਵਾਉਣ ਦੇ ਲਈ ਜ਼ਿਲ੍ਹਾ ਵਾਲੇ ਬਾਗ ਦੇ ਵਿੱਚ ਹੈ ਜਿਹੜਾ ਇਕੱਠ ਹੋਇਆ ਸੀ ਕਿ ਡਾਕਟਰ ਸਤਪਾਲ ਤੇ ਸੈਫੁਦੀਨ ਕਿਚਲੂ ਇਹਨਾਂ ਨੂੰ ਛੱਡਿਆ ਜਾਵੇ ਠੀਕ ਹੈ ਪਰ ਇਹ ਹੱਥਿਆਂ ਦੇ ਉੱਪਰ ਗੋਲੀਆਂ ਚਲਾਈਆਂ ਕਿਹਨੇ ਜਰਨਲ ਡਾਇਰ ਨੇ ਹੁਕਮ ਕਿਹਨੇ ਦਿੱਤਾ ਸੀ ਮਾਈਕਲ ਓਡਵੈਰ ਨੇ ਠੀਕ ਹੈ ਇਹਨਾਂ ਦਾ ਸੰਬੰਧਤ ਕੌਣ ਨਹੀਂ ਸਰਦਾਰ ਅਜੀਤ ਸਿੰਘ ਭਗਤ ਸਿੰਘ ਦੇ ਚਾਚਾ ਜੀ ਠੀਕ ਹੈ ਇਹ ਤਾਂ ਹੁਣ ਮਤਲਬ ਇਹ ਤਿੰਨੇ ਸੰਬੰਧਤ ਨਹੀਂ ਇਹ ਸੰਬੰਧਤ ਨਹੀਂ ਹੈਗੇ ਡਾਂਡੀ ਮਾਰਚ ਜਾਣਾ ਜਾਂਦਾ ਹੈ ਨਾਮਕ ਸਤਿਆਗ੍ਰਹਿ ਦੇ ਤੌਰ ਤੇ ਜਾਣਾ ਜਾਂਦਾ ਹੈ ਭਗਤ ਸਿੰਘ ਨੂੰ ਫਾਂਸੀ ਕਦੋਂ ਹੋਈ ਜੀ 19ਵਾਂ ਸਵਾਲ 1931 ਗਿਆ ਗਿਆ ਜੀ 20ਵਾਂ ਸਵਾਲ 1942 ਵਿੱਚ ਮਹਾਤਮਾ ગાંધી ਨੂੰ ਗ੍ਰਿਫਤਾਰ ਕੀਤਾ ਗਿਆ ਕਦੋਂ 9 ਅਗਸਤ 1942 ਨੂੰ ਤੇ ਭਾਰਤ ਵਿੱਚ ਵਾਇਸ ਰਾਇ ਦੇ ਤੌਰ ਤੇ ਲਾਰਡ ਬੈਵਲ ਦਾ ਉਧਰਤਗਾਰੀ ਕੌਣ ਸੀ ਉਧਰ ਅਧਿਕਾਰੀ ਏ ਸੀਗਾ ਜੀ ਲਾਰਡ ਲੂਇਸ ਮਾਉਂਟ ਬੈਟਰ ਤੇ ਬਾਈਮਾ ਸਵਾਲ ਆਇਆ ਬੰਡ ਤੋਂ ਪਹਿਲਾਂ ਪੰਜਾਬ ਦਾ ਆਖਰੀ ਪ੍ਰਧਾਨ ਕੌਣ ਸੀ ਪੰਜਾਬ ਦਾ ਆਖਰੀ ਪ੍ਰਧਾਨ ਖਿਜਰ ਹਯਾਤ ਖਾਂ ਸੀ ਠੀਕ ਹੈ ਜੀ 23ਵਾਂ ਕੁਐਸਚਨ ਹੈ ਜੀ ਭਾਰਤੀ ਸੁਤੰਤਰਤਾ ਸਮੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ ਕਲੀਮੈਂਟ ਐਟਲੀ ਇਹਨੀ ਕੋਸ਼ਿਸ਼ ਨਾ ਕੀਤੀ ਹੈ ਨਾ ਵੀ ਜੂਨ ਤੱਕ ਜਿਹੜਾ ਭਾਰਤ ਨੂੰ ਆਪਾਂ ਆਜ਼ਾਦ ਕਰਦੇ ਹਾਂਗੇ ਤੇ ਫਰੋਗਾਸਟ ਤੱਕ ਚੱਲਿਆ ਗਿਆ ਹਾਂਜੀ 24ਵਾਂ ਸਵਾਲ ਹੈ ਜੀ ਕਿਸ ਦੇਸ਼ ਨੂੰ ਪੁਨਰ ਜਾਗਰਤੀ ਦਾ ਕਰਮ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਇਟਲੀ ਨੂੰ ਆਜੀ ਮੋਨਾ ਲੀਸਾ ਰਚਨਾ ਹੈ ਬੜੀ ਹੀ ਵਰਲਡ ਫੇਮਸ ਹੈ ਮੋਨਾ ਲੀਸਾ ਦੀ ਜਿਹੜੀ ਰਚਨਾ ਹੈ ਕੀਟੀ ਕਿਨੇ ਹੈ ਲਿਓਨਾਰਡੋ ਦਾ ਵਿਨਸੀ ਦੀ ਠੀਕ ਹੈ ਲਿਓਨਾਰਡੋ ਦਾ ਵਿਨਸੀ ਇਹ ਨਾਗੇ ਦਾ ਨਾਮ ਇਹਦੀ ਰਚਨਾ ਹੈ ਠੀਕ ਹੈ ਪਾਪ ਦੀ ਸੀਟ ਕਿੱਥੇ ਹੈ ਰੋਮ ਦੇ ਵਿੱਚ ਹੈ ਇਸਾਈ ਧਰਮ ਦੀ ਜਿਹੜੀ ਪਵਿੱਤਰ ਮਤਲਬ ਸੀਟ ਇਹ ਮੰਨੀ ਜਾਂਦੀ ਹੈ ਸੋ ਮਾਰਟਨ ਲੂਥਰ ਸਮੰਦ ਸਿੱਖੀ ਦੇ ਨਾਲ ਸੰਤ ਸੀ ਪ੍ਰੋਟੈਸਟੈਂਟ ਮਤ ਨਾਲ ਠੀਕ ਹੈ ਜੀ ਅਮਰੀਕੀ ਮਿਲਟਰੀ ਪਹਿਲੇ ਵਿਸ਼ਵ ਯੁੱਧ ਵਿੱਚ ਕਦੋਂ ਸ਼ਾਮਲ ਹੋਈ ਅਮਰੀਕਾ ਦੀ ਸੈਨਾ ਜਿਹੜੀ ਪਹਿਲੇ ਵਿਸ਼ਵ ਯੁੱਧ ਤੋਂ ਉਹਨੇ ਕਦੋਂ ਭਾਗ ਲਾਇਆ 1917 ਦੇ ਵਿੱਚ ਦੂਸਰੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਦਾ ਰਾਸ਼ਟਰਪਤੀ ਕੌਣ ਸੀ ਐਫ ਡੀ ਰੂਜ਼ਵੈਲਟ ਇਸ ਤੋਂ ਬਾਅਦ ਆਪਾਂ ਦੂਸਰੀਆਂ ਕਲਾਸਾਂ ਦੇ ਵਿੱਚ ਵਿਸਤਾਰ ਨਾਲ ਵੀ ਕਰਾਂਗੇ ਠੀਕ ਹੈ ਨਾ ਥਿਊਰੀ ਵੀ ਕਿਵੇਂ-ਕਿਵੇਂ ਮਤਲਬ ਇਹਦੇ ਪਹਿਲਾ ਵਿਸ਼ਵ ਜੰਦੂ ਦੂਜਾ ਵਿਸ਼ਵ ਜੰਦੂ ਸਾਰੇ ਇਹ ਆਪਾਂ ਕਰਾਂਗੇ ਦੇ ਫਿਕਰ ਰੋ ਤੁਸੀਂ ਤੇ ਧਿਆਨ ਦੇ ਨਾਲ ਇਹਨੂੰ ਕਰਦੇ ਜਾਣਾ ਤੇ ਆਪਦਾ ਫਰਜ਼ ਸਮਝ ਕੇ ਸਾਰਿਆਂ ਨੇ ਕਲਾਸ ਨੂੰ ਸ਼ੇਅਰ ਜ਼ਰੂਰ ਕਰਨਾ ਆਪਣੇ ਦੋਸਤਾਂ ਦੇ ਨਾਲ ਤੇ ਜਿਹੜੇ ਵੀ ਮਾਸਟਰ ਕਲਾਸ ਦੇ ਗਰੁੱਪ ਦੇ ਵਿੱਚ ਤੁਸੀਂ ਐਡ ਹੋ ਉਹਦੇ ਵਿੱਚ ਇਹਨੂੰ ਜ਼ਰੂਰ ਸ਼ੇਅਰ ਕਰਨਾ ਠੀਕ ਹੈ ਨਾ ਕੰਜੂਸੀ ਨਹੀਂ ਕਰਨੀ ਕਰ ਭਲਾ ਹੋਰ ਭਲਾ ਦੀ ਜਿਹੜੀ ਪਾਲਿਸੀ ਤੇ ਆਪਾਂ ਚੱਲਣਾ ਤਾਂ ਕਾਮਯਾਬੀ ਤੁਹਾਨੂੰ ਇੱਕ ਦਿਨ ਜ਼ਰੂਰ ਮਿਲੂਗੀ ਤੀਵਾ ਕੁਐਸਚਨ ਹੈ ਜੀ ਪਹਿਲੇ ਵਿਸ਼ਵ ਯੁੱਧ ਵਿੱਚ ਕਿਹੜੇ ਦੇਸ਼ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਰਮਨੀ ਨੂੰ ਸਾਹਮਣਾ ਕਰਨਾ ਪਿਆ ਜੀ 31ਵਾਂ ਕੁਐਸਚਨ ਹੈ ਦੂਜੇ ਵਿਸ਼ਵ ਯੁੱਧ ਸਮੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ ਚੈਂਬਰਲਨ ਠੀਕ ਹੈ ਦੂਜੇ ਵਿਸ਼ਵ ਯੁੱਧ ਦੇ ਨਾਸ਼ਕ ਪੜਾਤੋਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ ਵਿਨਸਟਨ ਚਰਚਿਲ ਹਾਂਜੀ 33ਵਾਂ ਕੁਐਸਚਨ ਹੈ ਜੀ ਆਪਣਾ ਦੂਸਰੇ ਵਿਸ਼ਵ ਯੁੱਧ ਦੌਰਾਨ ਜਰਮਨੀ ਦਾ ਚਾਂਸਲਰ ਕੌਣ ਸੀ? ਟੋਲਫ ਹਿਟਲਰ ਜਰਮਨੀ ਦਾ ਤਾਨਾਸ਼ਾ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਜਿਹੜਾ ਜਰਮਨੀ ਦਾ ਚਾਂਸਲਰ ਆ ਇਹ ਤੇ ਗ੍ਰੀਕਾਂ ਨੇ ਪੰਜਾਬ ਨੂੰ ਕਿਹੜਾ ਨਾਮ ਦਿੱਤਾ ਪੈਂਟਾਪੋਟਾਮੀਆ ਪੈਂਟਾਪੋਟਾਮੀਆ ਪੰਜਾਬ ਸਥਿਤ ਹੈ ਜੀ ਕਿੱਥੇ ਸਥਿਤ ਹੈ ਪੰਜਾਬ ਇੰਡਸ ਵੇਸਨ ਦੇ ਵਿੱਚ ਠੀਕ ਹੈ ਲਾਹੌਰ ਸ਼ਹਿਰ ਕਿਹੜੇ ਦਰਿਆ ਦੇ ਕੰਢਿਆਂ ਤੇ ਸਥਿਤ ਹੈ? ਲਾਹੌਰ ਦਰਿਆ ਇਸ ਸਥਿਤ ਹੈ ਜੀ ਰਾਵੀ ਦੇ ਕੰਢੇ ਤੇ ਠੀਕ ਹੈ ਰਾਵੀ ਦੇ ਕੰਢੇ ਤੇ ਸਥਿਤ ਹੈ ਗੁਰੂ ਨਾਨਕ ਦੇਵ ਜੀ ਦਾ ਉਤਰ ਅਧਿਕਾਰੀ ਗੁਰੂ ਅੰਗਦ ਦੇਵ ਜੀ ਇਹਨਾਂ ਦਾ ਪਹਿਲਾ ਨਾਂ ਸੀਗਾ ਭਾਈ ਲੈਣਾ ਜੀ ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਰੱਖ ਦਿੱਤਾ ਗਿਆ ਗੁਰੂ ਨਾਨਕ ਦੇਵ ਜੀ ਦੇ ਦੁਆਰਾ ਜਦੋਂ ਇਹ ਗੁਰਤਾ ਕਰਤਾ ਇਹਨਾਂ ਨੂੰ ਮਤਲਬ ਗੱਦੀ ਤੇ ਬਿਠਾ ਦਿੱਤਾ ਗਿਆ ਅੰਮ੍ਰਿਤਸਰ ਦਾ ਪਹਿਲਾ ਨਾਂ ਗੁਰੂ ਦਾ ਚੱਕ ਵੀ ਕਿਹਾ ਜਾਂਦਾ ਸੀ RAMDAS ਪੁਰਵੀ ਦਾ ਨਾਮ ਰੱਖਿਆ ਸੀ ਔਰ ਚੱਕ RAMDAS ਵੀ ਕਿਹਾ ਜਾਂਦਾ ਸੀ ਇਹਦਾ ਮਤਲਬ ਸਾਡੇ ਸਾਰੇ ਹੀ ਆਨਸਰ ਸਹੀ ਨੇ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਨਾਲ ਕਿਹੜਾ ਸ਼ਹਿਰ ਸਬੰਧਤ ਹੈ ਪਟਨਾ ਸਾਹਿਬ ਠੀਕ ਹੈ ਬਿਹਾਰ ਦੇ ਵਿੱਚ ਹੈ ਪਟਨਾ ਸਾਹਿਬ ਬਾਬਾ ਵਿਨੋਦ ਸਿੰਘ ਕੌਣ ਸੀ ਇਹ ਸੀਗੇ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇੱਕ ਸਹਿਯੋਗੀ ਹੈ 41ਵਾਂ ਕੁਐਸਚਨ ਹੈ ਜੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ ਕਦੋਂ ਪ੍ਰਾਪਤ ਹੋਈ ਜੂਨ 1716 ਵਿੱਚ ਠੀਕ ਹੈ ਜੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ ਕਦੋਂ ਮਿਲੀ ਕਦੋਂ ਪ੍ਰਾਪਤ ਹੋਈ ਸੀ ਦੀ ਜੇ ਇਹਨਾਂ ਨੂੰ ਕਿੱਥੇ ਪ੍ਰਾਪਤ ਹੋਈ ਕਦੋਂ ਪ੍ਰਾਪਤ ਹੋਈ ਹੈਗਾ ਜੀ ਜੂਨ 1716 ਔਰ ਹੋਈ ਦਿੱਲੀ ਦੇ ਵਿੱਚ ਨਵਾਬ ਕਪੂਰ ਸਿੰਘ ਕਿਹੜੀ ਮਿਸਲ ਨਾਲ ਸੰਬੰਧ ਰੱਖਦਾ ਸੀ ਫੈਜ਼ਲਪੁਰੀਆ ਮਿਸਲ ਦੇ ਨਾਲ ਠੀਕ ਹੈ ਜੀ ਸ਼ੁਕਰਚਕੀ ਆ ਜਿਹੜੀ ਸਭ ਤੋਂ ਮਹਾਨ ਮਿਸਲ ਸੀ ਸਭ ਤੋਂ ਮਸ਼ਹੂਰ ਮਿਸਲ ਸੀ ਔਰ ਇਹਦਾ ਸਬੰਧ ਹੈ ਜੀ ਸਿੱਧਾ ਹੀ ਸਬੰਧ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸ਼ੁਕਰਚਕੀ ਮਿਸਲ ਦਾ ਤੇ ਲਾਹੌਰ ਸ਼ਹਿਰ ਤੇ ਕਬਜ਼ਾ ਕੀਤਾ ਗਿਆ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਸੀ 1799 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਤੇ ਕਬਜ਼ਾ ਕਦੋਂ ਕੀਤਾ ਇਹ ਕੀਤਾ ਜੀ 1818 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਦਿਹਾਂਤ ਕਿਸ ਮਹੀਨੇ ਹੋਇਆ ਜੂਨ 1839 ਦੇ ਵਿੱਚ ਪਹਿਲਾ ਐਂਗਲੋ ਸਿੱਖ ਜੁੱਧ ਇਹ ਕਦੋਂ ਹੋਇਆ ਜੀ 1845 ਤੋਂ 46 ਦੇ ਵਿੱਚ ਇਹ ਵੀ ਸਾਰੀ ਪੰਜਾਬ ਹਿਸਟਰੀ ਇਹ ਵੀ ਆਪਾਂ ਪੜਾਂਗੇ ਲਾਹੌਰ ਦਰਬਾਰ ਵਿੱਚ ਬ੍ਰਿਟਿਸ਼ ਰਾਜ ਦਾ ਪ੍ਰਤੀਨਿਧੀ ਕੌਣ ਸੀ ਹੈਨਰੀ ਲਾਰੈਂਸ ਠੀਕ ਹੈ ਜੀ 1849 ਵਿੱਚ ਭਾਰਤ ਦਾ ਗਵਰਨਰ ਜਨਰਲ ਕੌਣ ਸੀ 1849 ਦੇ ਵਿੱਚ ਇਹ ਸੀਗਾ ਜੀ ਲਾਰਡ ਡਲਹੌਜੀ ਮੋਹਨਜੋਦੜੋ ਸਹਿਰ ਕਿਸ ਪ੍ਰਾਂਤ ਵਿੱਚ ਸਥਿਤ ਹੈ ਜੀ ਸਿੰਧ ਦੇ ਵਿੱਚ ਡੀ ਆਪਸ਼ਨ ਰਾਈਟ ਹੈ ਹੜਾ ਸਿੰਧ ਦੇ ਵਿੱਚ ਹੈ ਹੜੱਪਾ ਸੱਭਿਆਤਾ ਸੰਬੰਧਿਤ ਹੈ ਜੀ ਕਿਹਦੇ ਨਾਲ ਕਾਂਸਾ ਯੁੱਗ ਦੇ ਨਾਲ ਕਿਹੜੀ ਤਾਂ ਤੂ ਇਹ ਵਰਤਦੇ ਸੀ ਤਾਂਬਾ ਠੀਕ ਹੈ ਫਿਰ ਕੀ ਵਰਤਨ ਲੱਗ ਗਿਆ ਪਲੱਸ 10 ਇਹਨਾਂ ਦੋਨਾਂ ਨੂੰ ਮਿਲਾ ਕੇ ਇਹਨਾਂ ਨੇ ਇੱਕ ਮਿਸ਼ਰਤ ਧਾਤੂ ਬਣਾ ਲਈ ਤਾਂਬੇ ਦੇ ਟੈਨ ਨੂੰ ਮਿਲਾ ਕੇ ਕਿਹੜੀ ਧਾਤੂ ਬਣਾ ਲਈ ਜੀ ਕਾਂਸੇ ਦੀ ਠੀਕ ਹੈ ਇਸੇ ਕਰਕੇ ਇਹਨੂੰ ਕਾਂਸਾ ਯੁੱਗ ਵੀ ਕਿਹਾ ਜਾਂਦਾ ਹੈ ਹੜੱਪਾ ਸਭਤ ਦੇ ਨਾਲ ਹੀ ਸੰਬੰਧਿਤ ਹੈ ਤੇ 53 ਮੈਂ ਸਵਾਲ ਹੈ ਜੀ ਹੜੱਪਾ ਸਹਿਰ ਕਿਸ ਨਦੀ ਦੇ ਕਿਨਾਰੇ ਤੇ ਹੈ ਇਹ ਹੈ ਜੀ ਰਾਵੀ ਦੇ ਕਿਨਾਰੇ ਤੇ ਚੌਥਾ ਨੰਬਰ ਸਵਾਲ ਆ ਗਿਆ ਜੀ ਰਗਵੇਦ ਵਿੱਚ ਕਿਹੜਾ ਭਗਵਾਨ ਸਭ ਤੋਂ ਮਹੱਤਵਪੂਰਨ ਹੈ 인ਦਰ ਰਗਵੇਦ ਦੇ ਵਿੱਚ 인ਦਰ ਆ ਜਿਹੜਾ ਕੋ ਸਭ ਤੋਂ ਮਹੱਤਵਪੂਰਨ ਭਗਵਾਨ ਮੰਨਿਆ ਗਿਆ 250 ਵਾਰ 250 ਵਾਰ ਰਗਵੇਦ ਦੇ ਵਿੱਚ 인ਦਰ ਦਾ ਜ਼ਿਕਰ ਆਇਆ ਠੀਕ ਹੈ ਸਾਹੀ ਸਨਾਨਾ ਕਿਹੜਾ ਸੈਰ ਸੰਬੰਧ ਦਾ ਮੋਹਨਜੋਦੜੋ ਸਭ ਤੋਂ ਵੱਡਾ ਇਸਨਾਨ ਘਰ ਹੈ ਜਿਹੜਾ ਇੱਥੇ ਮਿਲਿਆ ਮੋਹਨਜੋਦੜੋ ਦੇ ਵਿੱਚ ਮਿਲਿਆ ਅਸਵ ਤੋਂ ਕੀ ਭਾਵ ਹੈ ਸਭ ਤੋਂ ਭਾਵ ਹੈ ਜੀ ਘੋੜਾ ਅਸਵ ਜੰਗ ਕੀਤੇ ਜਾਂਦੇ ਸੀ ਘੋੜਾ ਛੱਡ ਦਿੱਤਾ ਜਾਂਦਾ ਸੀ ਵੀ ਜਿੱਥੇ ਤੱਕ ਜਾਊਗਾ ਇਹ ਜਿੱਥੇ ਜਾ ਕੇ ਰੁਕੂਗਾ ਜਾਂ ਇਹਨੂੰ ਜਿੱਥੇ ਕਿਸ ਨੇ ਰੋਕ ਲਿਆ ਜਿੱਥੇ ਤੱਕ ਘੋੜਾ ਜਾਂਦਾ ਸੀ ਠੀਕ ਹੈ ਉੱਥੇ ਤੱਕ ਰਾਜੇ ਦਾ ਰਾਜ ਹੈ ਜਿਹੜਾ ਫੈਲਦਾ ਜਾਂਦਾ ਸੀ ਠੀਕ ਹੈ ਜਦੋਂ ਕਿਸੇ ਉਹ ਘੋੜੇ ਨੂੰ ਕੋਈ ਰੋਕ ਲੈਂਦਾ ਸੀ ਉੱਥੇ ਫਿਰ ਉਹਦਾ ਨਾਲ ਜੁੱਧ ਹੁੰਦਾ ਸੀ ਠੀਕ ਹੈ ਅਸਵਜਗ ਕਹਿੰਦੇ ਸੀ ਅਸਵਜਗ ਕੀਤਾ ਜਾਂਦਾ ਸੀ ਸੋ 57 ਨੰਬਰ ਕੁਐਸਚਨ ਹੈ ਜੀ ਕਿਹੜਾ ਜੈਨ ਸੰਪਰਦਾਇ ਸਫੈਦ ਪੋਸ਼ਾਕ ਪਹਿਨਦਾ ਹੈ ਸਵੇਤ ਇਹ ਇਹ ਤੋਂ ਪਾਪ ਕੀ ਹੈ ਜੀ ਵੀ ਚਿੱਟੇ ਕੱਪੜੇ ਪਹਿਨਦੇ ਨੇ ਜਿਹੜੇ ਸਸੇ ਤੇ ਸਫੈਦ ਸਸੇ ਤੇ ਸਵੇਤੰਬਰ ਇਹ ਯਾਦ ਰੱਖਣਾ ਦੋ ਸੰਪਰਦਾਇ ਦੇ ਵਿੱਚ ਵੰਡਿਆ ਗਿਆ ਸੀ ਨਾ ਇਹ ਦਿਗੰਬਰ ਸੀ ਜਿਹੜੇ ਕੱਪੜੇ ਨਹੀਂ ਸੀ ਪਹਿਨਦੇ ਇਹ ਨਗਨ ਰਹਿੰਦੇ ਸੀ ਜੈਨ ਧਰਮ ਜੈਨ ਧਰਮ ਦੇ 24ਵੇਂ ਤੀਰਥੰਕਰ ਕੇ ਇਸ ਨੂੰ ਮੰਨਿਆ ਜਾਂਦਾ ਹੈ ਜੀ ਇਹ ਮੰਨਿਆ ਜਾਂਦਾ ਹੈ ਜੀ ਮਹਾਵੀਰ ਜੈਨ ਧਰਮ ਦੇ 24ਵੇਂ ਤੀਰਥੰਕਰ ਜੈਨ ਧਰਮ ਦੇ ਪਹਿਲੇ ਤੀਰਥੰਕਰ ਕੌਣ ਨੇ ਕਮੈਂਟ ਕਰੋ ਜੈਨ ਧਰਮ ਦੇ ਪਹਿਲੇ ਤੀਰਥੰਕਰ ਪਹਿਲੇ ਤੀਰਥੰਕਰ ਸੀਗੇ ਜੀ ਰਿਸ਼ਵ ਦੇਵ ਇਹਨੇ ਇਹ ਜਿਹੜੇ ਜੈਨ ਧਰਮ ਦੇ ਪਹਿਲੇ ਮਤਲਬ ਤੀਰਥੰਕਰ ਨੇ ਜਿਹੜੇ ਅਜਿਤਨਾਥ ਸੀ ਅਜਿਤਨਾਥ ਉਹ ਦੂਜੇ ਸੀਗੇ ਅਜਿਤਨਾਥ ਤੇ ਜਿਹੜੇ 22ਵੇਂ ਸੀ 22ਵੇਂ ਤੀਰਥੰਕਰ ਉਹ ਸੀਗੇ ਅਸ਼ਟਨੇਮੀ 23ਵੇਂ ਪਾਰਸ਼ਵਨਾਥ ਔਰ 24ਵੇਂ ਮਹਾਵੀਰ ਜੈ ਇਨੇ ਕੇ ਤੁਸੀਂ ਯਾਦ ਰੱਖਣੇ ਆ ਤੇ ਬੁੱਧ ਧਰਮ ਦੇ ਫਿਲਾਅ ਵਿੱਚ ਕਿਹੜੀ ਭਾਸ਼ਾ ਨੇ ਯੋਗਦਾਨ ਪਾਇਆ ਬੁੱਧ ਧਰਮ ਪਾਲੀ ਭਾਸ਼ਾ ਨੇ ਠੀਕ ਹੈ ਜੀ ਤੇ ਪਾਲੀ ਭਾਸ਼ਾ ਨੇ ਮਤਲਬ ਯੋਗਦਾਨ ਦਿੱਤਾ ਆਪਣਾ ਬੁੱਧ ਧਰਮ ਫੈਲਾਉਣ ਦੇ ਲਈ ਇਹਨਾਂ ਦੀ ਪਾਲੀ ਭਾਸ਼ਾ ਸੀਗੀ ਜਿਹੜੀ ਤੇ ਅਸ਼ਟ ਅਸ਼ਟਗਾਂਕਾ ਮਾਰਗ ਜਿਹੜਾ ਹੈ ਦੀ ਸਪਾਰਸ਼ ਕਿਸ ਨੇ ਕੀਤੀ ਇਹਦੀ ਸਪਾਰਸ਼ ਕੀਤੀ ਭਗਵਾਨ ਬੁੱਧ ਨੇ ਤੇ ਅਗਲਾ ਸਵਾਲ ਹੈ ਜੀ ਮਹਾਜਨਪਦ ਦੀ ਪਹਿਚਾਣ ਕਰੋ ਈ ਮਗਧਵੀ ਆ ਵਤਸਵੀ ਕੌਸ਼ਲਵੀ ਠੀਕ ਹੈ ਜੀ ਸਾਰੇ ਹੀ ਨੇ ਮੌਰੀਆ ਰਾਜਵੰਸ਼ ਦੇ ਖੋਜ ਕਰਤਾ ਦਾ ਨਾ ਚੰਦਰਗੁਪਤ ਮੌਰੀਆ ਇਹਦਾ ਜਨਮ ਜਿਹੜਾ ਉਹ 345 ਬੀਸੀ ਦੇ ਵਿੱਚ ਹੋਇਆ ਸੀ ਚੰਦਰਗੁਪਤ ਮੌਰੀਆ ਦਾ ਤੇ ਇਹ ਰਾਜਗਦੀ ਤੇ ਬੈਠਿਆ ਸੀ ਇਹਨੇ ਨਹੀਂ ਰੱਖੀ ਸੀ ਜਿਹੜੀ ਮੌਰੀਆ ਸ਼ਾਮਰਾਜ ਦੀ ਉਹ ਰੱਖੀ ਸੀ ਜੀ 322 BC ਦੇ ਵਿੱਚ ਠੀਕ ਹੈ ਤੇ ਵਿਸ਼ਨੂੰ ਗੁਪਤ ਜਿਹੜਾ ਸੀਗਾ ਚਾਣਕਿਆ ਵੀ ਉਹ ਤਾਂ ਨਾ ਸੀ ਕੁਟੱਲਿਆ ਵੀ ਉਹਦੇ ਮਤਲਬ ਉਹਦੀ ਸਹਾਇਤਾ ਦੇ ਨਾਲ ਇਹ ਬਠਿਆ ਰਾਜਗਦੀ ਤੇ ਮੌਰੀਆ ਸ਼ਾਮਰਾਜ ਦੀਆਂ ਨੇ ਨਹੀਂ ਰੱਖੀ ਤੇ ਇੱਕ ਗੱਲ ਹੋਰ ਯਾਦ ਰੱਖਣੀ ਹੈ ਮੌਰੀਆ ਸਾਮਰਾਜ ਜਿਹੜਾ ਸਭ ਤੋਂ ਪੁਰਾਤਨ ਭਾਰਤੀ ਰਾਸ਼ਟਰੀ ਰਾਜਵੰਸ਼ ਹੈ ਜਿਹੜਾ ਉਹ ਮੰਨਿਆ ਜਾਂਦਾ ਹੈ ਕਿਉਂਕਿ ਇਹ ਭਾਰਤ ਵਿੱਚ ਭਾਰਤੀ ਰਾਜੇ ਦੁਆਰਾ ਬਣਾਇਆ ਜਾਣ ਵਾਲਾ ਪਹਿਲਾ ਰਾਜਵੰਸ਼ ਹੈ ਪਹਿਲਾਂ ਤਾਂ ਬਾਹਰੋਂ ਆ ਕੇ ਹਮਲਾ ਕਰਦੇ ਰਹੇ ਹਨ ਤੇ 185 BC ਦੇ ਵਿੱਚ ਮੌਰੀਆ ਸਾਮਰਾਜ ਦਾ ਅੰਤ ਹੋ ਗਿਆ ਸੀ ਤੇ ਨਹੀਂ ਇਹਦੀ ਰੱਖੀ ਸੀ ਚੰਦਰਗੁਪਤ ਮੌਰੀਆ ਨੇ 322 BC ਦੇ ਵਿੱਚ ਠੀਕ ਹੈ 185 BC ਦੇ ਵਿੱਚ ਇਹਦਾ ਅੰਤ ਹੋ ਗਿਆ ਸੀਗਾ ਮੌਰੀਆ ਸਾਮਰਾਜ ਦਾ ਹਾਂਜੀ ਅਗਲਾ ਕੁਐਸਚਨ ਹੈ ਜੀ 63 ਨੰਬਰ ਕੁਐਸਚਨ ਹੈ ਜੀ ਪਿਆਦ ਸਹੀ ਦੇ ਨਾਮ ਨਾਲ ਕੌਣ ਸੰਬੰਧਿਤ ਹੈ ਜੀ ਅਸ਼ੋਕ ਹੈ ਜੀ ਅਸ਼ੋਕ ਨੂੰ ਇਸ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਇੱਕ ਨਾਮ ਨਾਲ ਹੋਰ ਅਸ਼ੋਕ ਨੂੰ ਜਾਣਿਆ ਜਾਂਦਾ ਸੀ ਤੁਸੀਂ ਦੱਸੋ ਕਮੈਂਟ ਕਰੋ ਅਸ਼ੋਕ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਸੀ ਅਸ਼ੋਕ ਨੂੰ 2-3 ਹੋਰ ਨਾਮ ਨਾਲ ਜਾਣਿਆ ਜਾਂਦਾ ਸੀ ਅਸ਼ੋਕ ਨੂੰ ਇੱਕ ਤਾਂ ਸੀ ਜੀ ਦੇਵਨਾਸ ਪ੍ਰੇਵ ਦੇਵ ਨਾਸ ਪ੍ਰੇ ਠੀਕ ਹੈ ਇਹਦਾ ਮਤਲਬ ਕੀ ਹੈ ਦੇਵਤਾਂ ਦਾ ਦੇਵਤਿਆਂ ਦਾ ਪਿਆਰਾ ਇਹ ਵੀ ਇੱਕ ਸ਼ੋਕ ਦਾ ਨਾਮ ਹੈ ਔਰ ਇੱਕ ਕਿਹਾ ਜਾਂਦਾ ਸੀ ਜੀ ਪ੍ਰੇਦਰਸ਼ੀ ਇਹ ਵੀ ਸ਼ੋਕ ਦਾ ਨਾਮ ਔਰ ਇੱਕ ਕਿਹਾ ਜਾਂਦਾ ਸੀ ਬੁੱਧ ਸਾਕਿਆ ਇਹ ਸਾਰੇ ਸ਼ੋਕ ਦੇ ਨਾਮ ਨੇ ਸ਼ੋਕ ਨੂੰ ਇਹਨਾਂ ਨਾਵਾਂ ਨਾਲ ਦੀ ਜਾਣਿਆ ਜਾਂਦਾ ਸੀ ਅੱਗੇ ਆ ਗਿਆ ਜੀ 64 ਨੰਬਰ ਕੁਐਸਚਨ ਅਰਥ ਸ਼ਾਸਤਰ ਕਿਸ ਨੇ ਲਿਖਿਆ ਅਰਥ ਸ਼ਾਸਤਰ ਲਿਖਿਆ ਜੀ ਕੁਟਰਲਿਆ ਨੇ ਕੁਟਰਲਿਆ ਦੇ ਹੋਰ ਕੀ ਕੀ ਨਾਮ ਨੇ ਕਿਹੜੇ-ਕਿਹੜੇ ਨਾਵਾਂ ਨਾਲ ਕੁਟਰਲਿਆ ਨੂੰ ਜਾਣਿਆ ਜਾਂਦਾ ਜੀ ਕੁਟਰਲਿਆ ਨੂੰ ਵਿਸ਼ਨੂੰ ਗੁਪਤ ਚਾਣਕਿਆ ਠੀਕ ਹੈ ਕੁਟਰਲਿਆ ਇਹ ਬ੍ਰਹਮਣ ਸੀ ਇੱਕ ਇਹ ਬਹੁਤ ਦਿਮਾਗੀ ਬੰਦਾ ਸੀ ਇਹਨੇ ਅਰਥਸ਼ਾਸਤਰ ਲਿਖੀ ਹੈ ਇਹਦਾ ਨਾਂ ਜ਼ਰੂਰ ਅਰਥਸ਼ਾਸਤਰ ਆ ਪਰ ਇਹ ਸੰਬੰਧਿਤ ਕੀ ਦੇ ਨਾਲ ਰਾਜਨੀਤੀ ਦੇ ਨਾਲ ਠੀਕ ਹੈ ਜੀ ਚੰਦਰਗੁਪਤ ਮੌਰੀਆ ਦੇ ਸਮੇਂ ਜਿਹੜੀ ਰਾਜਨੀਤੀ ਆ ਸ਼ਾਸਨ ਨੂੰ ਪ੍ਰਬੰਧ ਉਹ ਸਾਰਾ ਕੁਝ ਆ ਇਹਦੇ ਤੋਂ ਸਾਨੂੰ ਪਤਾ ਲੱਗਦਾ ਤੇ ਰਾਜਨੀਤੀ ਚੋਟੀ ਦੀ ਇਹਨੇ ਮਤਲਬ ਦੱਸੀ ਆ ਉਹਦੇ ਵਿੱਚ ਰਾਜਨੀਤੀ ਦੇ ਗੁਣ ਤਕਨੀਕਾਂ ਹਨ ਬਹੁਤ ਵਿਦਵਾਨ ਬੰਦਾ ਸੀ 65 ਨੰਬਰ ਕੁਐਸਚਨ ਹੈ ਜੀ ਗੁਪਤ ਸਾਮਰਾਜ ਨੇ ਕਿਸ ਦੇ ਸ਼ਾਸਨ ਕਾਲ ਵਿੱਚ ਆਪਣੇ ਚਿੰਨ ਛੱਡੇ ਚੰਦਰਗੋਪਤ ਦੂਜੇ ਦੇ ਸਮੇਂ ਠੀਕ ਹੈ ਜੀ ਚੰਦਰਗੋਪਤ ਦੂਜੇ ਦੇ ਸਮੇਂ ਗੁਪਤ ਸਾਮਰਾਜ ਨੇ ਆਪਣੇ ਚਿੰਨ ਛੱਡੇ ਔਰ ਚੰਦਰਗੋਪਤ ਦੂਜੇ ਨੂੰ ਹੋਰ ਕੀ ਨਾਮ ਨਾਲ ਜਾਣਿਆ ਜਾਂਦਾ ਹੈ ਚੰਦਰਗੋਪਤ ਦੂਜੇ ਨੂੰ ਵਿਕਰਮਦੱਤਿਆ ਵੀ ਕਿਹਾ ਜਾਂਦਾ ਠੀਕ ਹੈ ਜੀ ਵਿਕਰਮ ਦੱਤਿਆ ਚੰਦਰਗੋਪਤ ਦੂਜੇ ਅੱਛਾ ਇਹ ਪੁਸ਼ਯ ਮਿੱਤਰ ਸੰਗ કોਣ ਆ ਜੀ ਪੁਸ਼ਯ ਮਿੱਤਰ ਸੰਗ ਇਹਨੇ ਮੋਰੀਆ ਸਾਮਰਾਜ ਦਾ ਜਿਹੜਾ ਵਿਨਾਸ਼ ਕੀਤਾ ਸੀ ਪੁਸ਼ਯ ਮਿੱਤਰ ਸੰਗ ਨੇ ਮੋਰੀਆ ਸਾਮਰਾਜ ਦਾ ਵਿਨਾਸ਼ ਕੀਤਾ ਸੀ ਮੋਰੀਆ ਸਾਮਰਾਜ ਦਾ ਜਿਹੜਾ ਅੰਤਮ ਸ਼ਾਸਕ ਸੀ ਜਿਨੇ ਨੇ ਮਾਰ ਦਿੱਤਾ ਸੀ ਉਹਦਾ ਨਾਮ ਕਮੈਂਟ ਕਰਕੇ ਤੁਸੀਂ ਦੱਸਣਾ ਵੀ ਕਿਹੜੇ ਨੂੰ ਇਹਨੇ ਖਤਮ ਕਰਤਾ ਸੀ ਤੇ ਉਸ ਤੋਂ ਬਾਅਦ ਇਹਨੇ ਫਿਰ ਨੀ ਰੱਖਤੀ ਸੀ ਆਪਦੇ ਸਾਮਰਾਜ ਦੀ ਇਹਨੇ ਸਥਾਪਨਾ ਕਰਤੀ ਸੀ ਉਸਿਆ ਮਿੱਤਰ ਸੌਂਗ ਨੇ ਠੀਕ ਹੈ ਹਾਂਜੀ ਅੱਗੇ ਚੱਲਦੇ ਹਾਂ ਕਮੈਂਟ ਕਰਕੇ ਤੁਸੀਂ ਦੱਸਣਾ ਵੀ ਕਿਹੜੇ ਸ਼ਾਸਕ ਨੂੰ ਇਹਨੇ ਮਾਰ ਕੇ ਤੇ ਕੁਐਸਚਨ ਦਾ ਨੰਬਰ ਜ਼ਰੂਰ ਨਾਲ ਪਾਉਣਾ ਜਿਵੇਂ 66 ਦਾ 66 ਪਾ ਕੇ ਨਾਲ A B C D ਲਿਖਣਾ ਜਦੋਂ ਆਪਾਂ ਕੋਈ ਮਤਲਬ ਤੁਹਾਨੂੰ ਸਵਾਲ ਪੁੱਛਦੇ ਆ ਤੇ ਇੱਥੇ ਤੁਸੀਂ ਅ ਦੱਸਣਾ ਨਾਲ ਵੀ ਪੁੱਛਿਆ ਮਿੱਤਰ ਸੰਗ ਨੇ ਮੌਰੀਆ ਸ਼ਾਮਰਾਜ ਦੇ ਕਿਹੜੇ ਸ਼ਾਸਕ ਨੂੰ ਮਾਰ ਕੇ ਸੰਗ ਵੰਸ਼ ਦੀ ਸਥਾਪਨਾ ਕਰਤੀ ਸੀ ਠੀਕ ਹੈ ਜੀ ਤੇ ਅੱਗੇ ਚੱਲਦੇ ਹਾਂ ਸਟਾਰਟ ਨੰਬਰ ਕੁਐਸਚਨ ਤੇ ਗੁਪਤ ਕਾਲ ਦੌਰਾਨ ਪ੍ਰਸਿੱਧ ਸੰਸਕ੍ਰਿਤ ਵਿਆਕਰਨ ਜੀਤਾ ਕੌਣ ਸੀ ਗੁਪਤ ਕਾਲ ਦੇ ਦੌਰਾਨ ਇਹ ਸੀਗਾ ਜੀ ਪਾਨਣੀ ਹਿਉਨ ਸ਼ਾਂਗ ਨੇ ਇਸ ਦੇ ਸ਼ਾਸਨ ਕਾਲ ਦੌਰਾਨ ਭਾਰਤ ਦਾ ਦੌਰਾ ਕੀਤਾ ਹਰਸ਼ਵਰਧਨ ਦੇ ਕਾਲ ਦੌਰਾਨ ਠੀਕ ਹੈ ਜੀ ਤੇ ਇਹ ਹਰਸ਼ਵਰਧਨ ਹਿਊਨ ਸ਼ਾਂਗ ਹਿਊਨ ਸ਼ਾਂਗ ਆਇੜਾ ਹਰਸ਼ਵਰਧਨ ਦੇ ਸਮੇਂ ਆਇਆ ਸੀ ਔਰ 14 ਸਾਲ ਤੱਕ ਇਹ ਭਾਰਤ ਰਹਿ ਲਗਭਗ 14 ਸਾਲ ਆਇਆ ਸੀ ਇਹ 629 ਇਸਵੀ ਇਸਵੀ ਦੇ ਵਿੱਚ ਔਰ ਚੀਨ ਤੋਂ ਭਾਰਤ ਆਇਆ ਸੀ ਠੀਕ ਹੈ ਚੀਨ ਤੋਂ ਭਾਰਤ ਆਇਆ ਸੀ ਉਹਦੀਆਂ ਰਚਨਾਵਾਂ ਦੇ ਨਾਮ ਤੁਸੀਂ ਦੱਸੋਗੇ ਇਹਨਾਂ ਰਚਨਾਵਾਂ ਦੇ ਨਾਮ ਤੁਸੀਂ ਕਮੈਂਟ ਕਰਕੇ ਦੱਸੋਗੇ ਹਿਊਨ ਸ਼ਾਂਗ ਨੂੰ ਹੋਰ ਪਤਾ ਕੀ ਕੀ ਕਿਹਾ ਜਾਂਦਾ ਇਹਨੂੰ ਕਿਹਾ ਜਾਂਦਾ ਹੈ ਯਾਤਰੀਆਂ ਦਾ ਰਾਜਾ ਯਾਤਰੀਆਂ ਦਾ ਰਾਜਕੁਮਾਰ ਜਾਂ ਆਧੁਨਿਕ ਸ਼ਾਕਮੁਨੀ ਠੀਕ ਹੈ ਆਧੁਨਿਕ ਸ਼ਾਕਮੁਨੀ ਜਾਂ ਸ਼ਾਕੇਮੁਨੀ ਆਧੁਨਿਕ ਸ਼ਾਕੇਮੁਨੀ ਪੁੱਛ ਲੈਣਾ ਤਾਂ ਹਿਊਨ ਸ਼ਾਂਗ ਨੂੰ ਕਿਹਾ ਜਾਂਦਾ ਹੈ ਹਿਊਨ ਸ਼ਾਂਗ ਦੀ ਰਚਨਾ ਕੀ ਸੀ ਹਿਊਨ ਸ਼ਾਂਗ ਦੀ ਰਚਨਾ ਸੀ ਜੀ ਈ ਯੂ ਕੀ ਇਹ ਹਿਉਨ ਸੰਗ ਦੀ ਰਚਨਾ ਸੀ ਠੀਕ ਹੈ ਇਹਦੇ ਵਿੱਚ ਇਹ ਭਾਰਤ ਦੇ ਬਾਰੇ ਦੇ ਵਰਣਨ ਕਰਦਾ ਹੈ ਭਾਰਤ ਦੀ ਉਹ ਸਮੇਂ ਦੇ ਹਾਲਾਤ ਨੇ ਜਿਹੜੇ ਇਹ ਤੋਂ ਪਤਾ ਲੱਗਦੇ ਆ ਤੇ ਹਿਉ ਇਹ ਨਲੰਦਾ ਯੂਨੀਵਰਸਿਟੀ ਦੇ ਵਿੱਚ ਪੜਨ ਵੀ ਹੈ ਪੜਦਾ ਵੀ ਰਿਹਾ ਠੀਕ ਹੈ ਤੇ ਹਿਉਨ ਸੰਗ ਆ ਜਿਹੜਾ ਇਹਨੂੰ ਨੀਤੀ ਦਾ ਪੰਡਤ ਵੀ ਕਿਹਾ ਜਾਂਦਾ ਹੈ ਠੀਕ ਹੈ ਜੀ ਇੰਨੀ ਇੱਕ ਗੱਲਾਂ ਹਿਊਰ ਸੰਬਾਰੇ ਤੁਸੀਂ ਯਾਦ ਰੱਖਣੀਆਂ ਨੇ ਇਹਨੇ ਜਿਹੜੀਆਂ ਰਚਨਾਵਾਂ ਕਰੀਆਂ ਸੀ ਲਿਖੀ ਸੀ ਤਾਂ ਉਹ ਤੋਂ ਤੁਸੀਂ ਨਾ ਕਮੈਂਟ ਕਰਕੇ ਦੱਸਣਾ ਹੈ ਹਰਸ ਚਰਿਤਕੇਸ ਨੇ ਲਿਖੀ ਹਰਸ ਚਰਿਤ ਲਿਖੀ ਜੀ ਬਾਣਪਟ ਨੇ ਕਿਸ ਨੇ ਲਿਖੀ ਬਾਣਪਟ ਨੇ ਤੇ ਜਿਹੜਾ ਵਰਧਨ ਵੰਸ਼ ਸੀ ਉਹਨੂੰ ਪੁਸ਼ੇ ਭੂਤੀ ਵੰਸ਼ ਨਾਂ ਵੀ ਬਾਨਪਟ ਨਹੀਂ ਦਿੱਤਾ ਸੀ ਵਰਧਨ ਵੰਸ਼ ਹੈਗਾ ਸੀ ਨਾ ਤੇ ਉਹਨੂੰ ਪੁਸ਼ੇਪੁੱਤੀ ਵੰਸ਼ ਵੀ ਕਿਹਾ ਜਾਂਦਾ ਹੈ ਜਿਹੜਾ ਪੁਸ਼ੇਪੁੱਤੀ ਨਾਂ ਸੀਗਾ ਵਰਧਨ ਵੰਸ਼ ਦਾ ਉਹ ਬਾਨਪਟ ਨਹੀਂ ਦਿੱਤਾ ਸੀ ਠੀਕ ਹੈ ਜੀ ਇਹ ਥਾਨੇਸ਼ਵਰ ਦਾ ਰਹਿਣ ਵਾਲਾ ਸੀ ਬਾਨਪਟ ਤੇ ਇਹਦਾ ਪਿੰਡ ਸੀਗਾ ਜਿਹੜਾ ਮਤਲਬ ਬਿਹਾਰ ਦੇ ਛਪਰਾ ਪਿੰਡ ਦੇ ਰਹਿਣ ਵਾਲਾ ਸੀ ਠੀਕ ਹੈ ਤੋ ਚਲੋ ਇੰਨੀ ਇੱਕ ਗੱਲਾਂ ਪਾਣ ਪੱਟ ਬਾਰੇ ਤੇ 70 ਨੰਬਰ ਕੁਐਸਚਨ ਹੈ ਜੀ ਅਗਨੀਕੁੰਡ ਪੁਰਾਤਨ ਕਥਾ ਸੰਬੰਧਿਤ ਹੈ ਅਗਨੀਕੁੰਡ ਰਾਜਪੁੱਤਰ ਨਾਲ ਸੰਬੰਧਿਤ ਹੈ ਕਹਿੰਦੇ ਵੀ ਰਾਜਪੁੱਤਰ ਨੇ ਜਿਹੜੇ ਅਗਨੀਕੁੰਡ ਦੇ ਵਿੱਚੋਂ ਪੈਦਾ ਹੋਏ ਸੀ ਕੁਝ ਇਸ ਤਰ੍ਹਾਂ ਦੀ ਇਹ ਕਥਾ ਤੇ ਰਾਜਪੁੱਤਰ ਨਾਲ ਸੰਬੰਧਿਤ ਹੈ ਹਾਂ ਜੀ ਕੁਦਬਦੀਨ ਆਇਆ ਉਹ ਖੇਡ ਖੇਡਦਾ ਮਰਿਆ ਸੀ ਪੋਲੋ ਹਾਂ ਤੁਸੀਂ ਕਮੈਂਟ ਕਰਕੇ ਇਹ ਦੱਸਣਾ ਕਿ ਪੋਲੋ ਨੂੰ ਭਾਰਤ ਦੇ ਵਿੱਚ ਲੈ ਕੇ ਕੌਣ ਆਇਆ ਠੀਕ ਹੈ ਤੇ ਕੋਈ ਗੱਲ ਨਹੀਂ ਜੇ ਗਲਤ ਵੀ ਹੋ ਜੂਗਾ ਮੈਂ ਤੁਹਾਨੂੰ ਸਹੀ ਆਨਸਰ ਹੈ ਜਿਹੜਾ ਉਹ ਪੈਨ ਕਰ ਦੇਵਾਂਗਾ ਜਿੰਨੇ ਵੀ ਮੈਂ ਸਵਾਲ ਪੁੱਛੇ ਨੇ ਸਹੀ ਆਨਸਰ ਪੈਨ ਕਰਦਾਂਗੇ ਕਮੈਂਟ ਵਿੱਚ ਪਰ ਮੈਂ ਪਹਿਲਾਂ ਤੁਹਾਡੇ ਆਨਸਰਾਂ ਦੀ ਵੇਟ ਕਰੂੰਗਾ ਠੀਕ ਹੈ ਚਹਿਲਗਨ ਕੀ ਸੀ ਚਹਿਲਗਨ ਸੀ ਤੁਰਕੀ ਕੁਲੀਨ ਤੰਤਰ ਠੀਕ ਹੈ ਜੀ ਜਿਆਉਦੀਨ ਬਰਨੀ ਇਹ ਕੌਣ ਹੈ ਜੀ ਇਤਿਹਾਸਕਾਰ ਹੈ ਸੇਰਸਾ ਸੂਰੀ ਅਧੀਨ ਪਰਗਨਾ ਕੀ ਸੀ ਪ੍ਰਸ਼ਾਸਨੀ ਇਕਾਈ ਸੀ ਇਬਨ ਬਤੂਤਾ ਕਿਸ ਦੇ ਦਰਬਾਰ ਵਿੱਚ ਆਇਆ ਸੀ ਇਬਨ ਬਤੂਤਾ ਮੁਹੰਮਦ ਬਿਨ ਤੁਗਲਕ ਦੇ ਸਮੇਂ ਮੁਹੰਮਦ ਬਿਨ ਤੁਗਲਕ ਦੇ ਸਮੇਂ ਆਇਆ ਸੀ ਤੇ ਭਾਵੇਂ ਮੁਹੰਮਦ ਬਿਨ ਤੁਗਲਕ ਨੂੰ ਹੋਰ ਕੀ ਨਾਮ ਨਾਲ ਜਾਣਿਆ ਜਾਂਦਾ ਇੱਕ ਤੈਨੂੰ ਪੜਾਇ ਲਿਖਿਆ ਮੂਰਖਵਾਦ ਸਾ ਕਿਹਾ ਜਾਂਦਾ ਹੈ ਠੀਕ ਹੈ ਤੇ ਇੱਕ ਇਹਨੂੰ ਕਿਹਾ ਜਾਂਦਾ ਹੈ ਖੂਨ ਦਾ ਪਿਆਸਾ ਜਾਂ ਹੋਰ ਕੀ ਕਿਹਾ ਜਾਂਦਾ ਹੈ ਰਕਤ ਪੀ ਪਾਸ ਇਹਦਾ ਅਰਥ ਵੀ ਇਹੀ ਨਿਕਲਦਾ ਹੈ ਖੂਨ ਦਾ ਪਿਆਸਾ ਇਬਨ ਬਤੂਤਾ ਜਿਹੜਾ ਹੈ ਇਹ ਵਿਦੇਸ਼ੀ ਯਾਤਰੀ ਸੀ ਆਇਆ ਕਿੱਥੋਂ ਸੀ ਇਹ ਕਿੱਥੋਂ ਆਇਆ ਸੀ ਇਹ ਮੁਰੱਕੋ ਤੋਂ ਮੁਰੱਕੋ ਤੋਂ ਆਇਆ ਸੀ ਜੋ ਕਿ ਅਫਰੀਕਾ ਦੇ ਵਿੱਚ ਹੈ ਆਇਆ ਸੀ ਇਹ 1333 ਦੇ ਵਿੱਚ 1333 ਦੇ ਵਿੱਚ ਅਫਰੀਕਾ ਦੇ ਮੁਰੱਕੋ ਸ਼ਹਿਰ ਤੋਂ ਭਾਰਤ ਆਇਆ ਸੀ ਤੇਨੇ ਇੱਕ ਰਚਨਾ ਕੀਤੀ ਸੀ ਇੱਕ ਕਿਤਾਬ ਲਿਖੀ ਸੀ ਉਹਦਾ ਕੀ ਨਾਮ ਹੈ ਜੀ ਰਹਿਲਾ ਠੀਕ ਹੈ ਜੀ ਦਿੱਲੀ ਦਾ ਕਾਜੀ ਨਿਯੁਕਤ ਕਰ ਲਿਆ ਸੀ ਇਹਨੂੰ ਮੁਹੰਮਦ ਬੇਨ ਤੁਗਲਕ ਨੇ ਇਹ ਵੀ ਗੱਲ ਯਾਦ ਰੱਖਣੀ ਹੈ ਤੁਸੀਂ ਸੋ ਚਲੋ ਚੱਲਦੇ ਹਾਂ ਅਗਲੇ ਕੁਐਸਚਨ ਵੱਲ ਹਾਂਜੀ ਇਹ 75 ਕੁਐਸਚਨ ਸੀਗੇ ਜਿਹੜੇ ਹਿਸਟਰੀ ਨਾਲ ਸੰਬੰਧਤ ਸੀ ਠੀਕ ਹੈ ਜੀ ਤੇ ਜਿਹੜੇ 75 ਕੁਐਸਚਨ ਇਸ ਤੋਂ ਬਾਅਦ 150 ਕੁਐਸਚਨ ਦਾ ਹੁੰਦਾ ਨਾ ਪੇਪਰ ਇਹ 75 ਕੁਐਸਚਨ ਹੋਣਗੇ ਪੋਲੀਟਿਕਲ ਨਾਲ ਸੰਬੰਧਤ ਐਸਐਸਟੀ ਵਾਲਿਆਂ ਨੂੰ 75 ਕੁਐਸਚਨ ਹਿਸਟਰੀ ਨਾਲ ਸੰਬੰਧਤ ਆਉਣਗੇ 75 ਕੁਐਸਚਨ ਨੇ ਜਿਹੜੇ ਉਹ ਸੰਬੰਧਤ ਆਉਣਗੇ ਜੀ ਰਾਜਨੀਤੀ ਦੇ ਨਾਲ ਠੀਕ ਹੈ ਪ੍ਰੀਵੀਅਸ ਈਅਰ ਦਾ ਪੇਪਰ ਆਪਾਂ ਇਹ ਸੋਲਵ ਕਰਨੇ ਆ ਵੀਡੀਓ ਨੂੰ ਇੱਕ ਵਾਰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰ ਦਿਓ ਆਪ ਦਾ ਫਰਜ਼ ਸਮਝਦੇ ਹੋਏ ਕਰ ਭਲਾ ਹੋ ਪਲਾਂਤ ਭਲੇ ਦਾ ਭਲਾ ਤੇ ਮੈਂ ਇਹ ਦੁਆ ਕਰਦਾ ਜਿੰਨੇ ਵੀ ਦਿਲੋਂ ਆਪਣੀ ਵੀਡੀਓ ਨੂੰ ਸ਼ੇਅਰ ਕਰਨਗੇ ਵੱਧ ਤੋਂ ਵੱਧ ਠੀਕ ਹੈ ਜੀ ਲਾਈਕ ਕਮੈਂਟ ਕਰਨਗੇ ਸਾਰਿਆਂ ਨੂੰ ਪਰਮਾਤਮਾ ਤਰੱਕੀ ਬਖਸ਼ੇ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਰਹੋ ਔਰ ਸ਼ਾਮ ਨੂੰ ਵੀ ਅੱਜ ਸ਼ਾਮ ਤੱਕ ਆਪਾਂ ਇਹ ਹਿਸਟਰੀ ਦੇ ਜਿਹੜਾ ਇੱਕ ਪੇਪਰ ਹੋਰ ਰਹਿ ਗਿਆ ਠੀਕ ਹੈ ਜੀ ਅ ਦੋ ਮਾਸਟਰ ਕੈਡਰ ਹੋ ਚੁੱਕੇ ਹਨ ਉਸ ਤੋਂ ਬਾਅਦ ਉਹ ਦੋਨੋਂ ਆਪਾਂ ਐਸਐਸਟੀ ਦੇ ਉਹ ਵੀ ਆਪਾਂ ਸੋਲਵ ਕਰਾਂਗੇ ਤੇ ਆਪਣੀ ਚੈਨਲ ਦੀ ਪਲੇਲਿਸਟ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਸਟਰ ਕੈਡਰ ਦੀ ਪਲੇਲਿਸਟ ਅੱਜ ਬਣ ਜਾਣੀ ਆ ਉਹਦੇ ਵਿੱਚ ਪੰਜਾਬੀ ਦੇ ਵੀ ਪੇਪਰ ਪਏ ਹੋਣਗੇ ਉਹਦੇ ਵਿੱਚ ਐਸਐਸਟੀ ਦਾ ਪਾਰਟ ਵੀ ਪਿਆ ਹੋਊ ਹਿਸਟਰੀ ਦਾ ਵੀ ਪੋਲੀਟੀਕਲ ਦਾ ਵੀ ਠੀਕ ਹੈ ਜੀ ਤੇ ਇਹ ਜਿਹੜੀ ਜਿਹੜੇ 75 ਕੁਐਸਚਨ ਪੋਲੀਟੀਕਲ ਦੇ ਨੇ ਠੀਕ ਹੈ ਜੀ ਜੋ 60 6060 ਮਾਸਟਰ ਗ੍ਰੈਜੂਏਟ ਦੀਆਂ ਪੋਸਟਾਂ ਆਈਆਂ ਸੀ ਉਹਦੇ ਵਿੱਚ ਪੁੱਛੇ ਗਏ ਸੀ ਉਹ ਅਲੱਗ ਵੀਡੀਓ ਦੇ ਵਿੱਚ ਤੁਹਾਨੂੰ ਅੱਜ ਇਹ ਵੀ ਸ਼ਾਮ ਤੱਕ ਅੱਜ ਮਿਲ ਜਾਣਗੇ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਉਨੀ ਦੇ ਵੀਡੀਓ ਨੂੰ ਸ਼ੇਅਰ ਕਰੋ ਔਰ ਦੁਬਾਰਾ ਜਰੂਰ ਇਹ ਵੀਡੀਓ ਨੂੰ ਦੇਖਣਾ ਕਿਉਂਕਿ ਸਾਰੇ ਸਵਾਲ ਇੱਕੋ ਵਾਰ ਪੜਨ ਤੇ ਯਾਦ ਨਹੀਂ ਰਹਿੰਦੇ ਹੁਣ ਥੋੜੀ देर ਲੱਗਦਾ ਵੀ ਯਾਦ ਹੋ ਗਏ ਪਰ ਕੁਝ ਸਵਾਲ ਥੋੜੀ ਦੇਰ ਬਾਅਦ ਦਿਮਾਗ ਦੇ ਵਿੱਚੋਂ 스ਕਿੱਪ ਹੋ ਜਾਂਦੇ ਨੇ ਜਿੰਨਾ ਚਿਰ ਤੁਸੀਂ ਰਿਵੀਜ਼ਨ ਨਹੀਂ ਕਰਦੇ ਇੱਕ ਵਾਰ ਵੀਡੀਓ ਨੂੰ ਦੇਖਿਆ ਉਸ ਤੋਂ ਬਾਅਦ ਸ਼ਾਮ ਨੂੰ ਜਾਂ ਕੱਲ ਨੂੰ ਦੁਬਾਰਾ ਤੁਸੀਂ ਇਹ ਵੀਡੀਓ ਨੂੰ ਲਾਜ਼ਮੀ ਦੇਖਣਾ ਠੀਕ ਹੈ ਜੀ ਤੇ ਪਹਿਲਾਂ ਆਪਾਂ ਮਤਲਬ ਸੈਲਫ ਸਟੱਡੀ ਹੋ ਗਈ ਫਿਰ ਰਿਵੀਜ਼ਨ ਹੋ ਗਈ ਫਿਰ ਡਿਸਕਸ਼ਨ ਤਿੰਨੇ ਤਰੀਕੇ ਨੇ ਪੜਾਈ ਦੇ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਾਂ ਸਾਰੀ ਤਿਆਰੀ ਆਪਣੇ ਚੈਨਲ ਤੇ ਕਰਾਂਗੇ ਸਾਰੇ ਪੇਪਰ ਪਲੇਲਿਸਟਾਂ ਦੇ ਵਿੱਚ ਮੈਂ ਅਪਲੋਡ ਕਰ ਦੂੰਗਾ ਪਲੇਲਿਸਟ ਨੂੰ ਤੁਸੀਂ ਚੈੱਕ ਕਰਦੇ ਰਹਿਣਾ ਔਰ ਚੈਨਲ ਦਾ ਬੈਲ ਆਈਕਨ ਹੈ ਜਿਹੜਾ ਉਹਨੂੰ ਪ੍ਰੈਸ ਜ਼ਰੂਰ ਕਰ ਲੈਣਾ ਤਾਂ ਕਿ ਕੋਈ ਵੀ ਕੀਮਤੀ ਵੀਡੀਓ ਤੁਹਾਡੇ ਤੋਂ ਮਿਸ ਨਾ ਹੋਵੇ ਠੀਕ ਹੈ ਜੀ ਸੋ ਧੰਨਵਾਦ ਜੀ ਆਇਆਂ ਨੂੰ ਚੈਨਲ ਤੇ ਤੇ ਟੈਲੀਗ੍ਰam ਗਰੁੱਪਾ ਜਿਹੜਾ ਆਪਣਾ ਜ਼ਰੂਰ ਤੁਸੀਂ ਜੁਆਇਨ ਕਰ ਲੈਣਾ ਠੀਕ ਹੈ ਜੀ